ਸਿਪ ਰੈਨ ਕਠੂਆ ਪੈਂਥਰ ਟ੍ਰੇਡ ਯੂਨੀਅਨ ਅੱਜ ਅਸੀਂ ਫਿਲਟਰ ਜੋ ਬਿਲਾਵਰ ਕਾਸ਼ੀ ਖੜੋਤੇ ਨੇ ਇਹ ਸਾਡੇ ਜ਼ਿੰਮੀਦਾਰ ਲੋਕ ਕਿਸਾਨ ਲੋਕ ਜਿਹਨਾਂ ਬੈਂਕ ਦਾ ਪੰਜ ਪੰਜ ਲੱਖ ਦਸ ਦਸ ਲੱਖ ਰੁਪਇਆ ਲੋਨ ਲੈਦਾ ਆਪਣੀ ਜ਼ਮੀਨਾਂ ਬਣਾਉਣ ਵਾਸਤੇ ਜ਼ਮੀਨੇ ਕੀ ਪਾਣੀ ਦੇਣ ਵਾਸਤੇ ਆਪਣੇ ਮਕਾਨ ਬਣਾਉਣ ਵਾਸਤੇ ਲੇਕਿਨ ਇਹ ਜਿਹੜੀ ਬਿਲਾਵਰ ਦੀ ਐਡਮਿਨਿਸਟ੍ਰੇਸ਼ਨ ਹੈ ਇੱਥੇ ਅੱਜ ਤੱਕ ADC ਪੋਸਟ ਹੈ SDP ਦੀ ਪੋਸਟ ਹੈ ਔਰ ਇਹਦੀ ਮਿਲੀ ਭਗਤ ਕਰਨਾ ਇੱਥੇ ਜਿਹੜੇ ਸਟੋਨ ਕ੍ਰੈਸ਼ਰ ਦਾ ਗੁੰਡਾ ਰਾਜ ਜਿੱਥੇ ਕੋਈ ਸੁਣਵਾਈ ਨਹੀਂ ਆਮ ਜਨਤਾ ਦੀ ਇੱਥੇ ਇੰਨਾ ਗੁੰਡਾ ਰਾਜ ਹੈ ਕਿ ਕਠੂਆ ਵਿੱਚ 1000 ਰੁਪਏ ਦੀ ਟਰਾਲੀ ਰੇਤੇ ਧੋਂਦੀ 800 ਰੇਤੇ ਧੋਂਦੀ 600 ਦੀ ਬਜਰੀ ਧੋਂਦੀ 600 ਦੀ ਕੈਂਕਰੇ ਧੋਂਦੀ 600 ਦੀ ਡਸਟ ਧੋਂਦੀ ਲੇਕਿਨ ਸਾਡੇ ਫਿੰਤਰ ਵਿੱਚ ਦੋ ਕ੍ਰੈਸ਼ਰ ਸਟੋਨ ਕ੍ਰੈਸ਼ਰ ਨੇ ਇੱਕ ਭੀਨੀ ਪੁਲ ਥੱਲੇ ਇੱਕ ਬਿਲਾਵਰ 'ਚ ਇੱਥੇ ਕਦੇ 1800 ਦਾ ਰੇਤਾ ਕਦੇ 2100 ਦਾ ਰੇਤਾ ਕਦੇ 2200 ਦਾ ਬਜਰੀ 1400 ਦੀ ਕੈਂਕਰਾ 1800 ਦਾ ਕੋਈ ਪੁੱਛ ਮੰਗ ਨਹੀਂ ਕੋਈ ਰਸੀਦ ਨਹੀਂ ਦਿੱਤੀ ਜਾਂਦੀ ਔਰ ਜਿਹੜਾ ਡਰਾਈਵਰ ਜਿਹੜਾ ਮਾਲਕ ਆਵਾਜ਼ ਉਠਾਉਂਦਾ ਉਸੀ ਅੰਦਰ ਡੱਕੀਏ ਮਾਰਿਆ ਜਾਂਦਾ ਉਸੀ ਮਾਂ ਭੈਣ ਦੀ ਗਾਲਾਂ ਕੱਢੀ ਜਾਂਦੀ ਅਸ ਮੀਡੀਆ ਮਾਧਰਮ ਥਰੂ ਤੁਹਾਨੂੰ NN ਵੋਰਾ ਸਾਹਿਬ ਵੀ ਆਖਣਾ ਚਾਹੁੰਦੇ ਹਾਂ ਇੱਥੋਂ ਦੀ ਚੀਫ ਮਿਨਿਸਟਰ ਮਹਿਬੂਬ ਸਾਹਿਬ ਵੀ ਆਖਣਾ ਚਾਹੁੰਦੇ ਹਾਂ ਕਿ ਗਰੀਬ ਲੋਕਾਂ ਦੀ ਸੁਣਵਾਈ ਕੀਤੀ ਜਾਏ ਔਰ ਇਹ ਜਿਹੜਾ ਸਟੋਨ ਕ੍ਰੈਸ਼ਰ ਮਾਫੀਆ ਦਾ ਜਿਹੜਾ ਗੁੰਡਾ ਰਾਜ ਹੈ ਗਰੀਬ ਲੋਕਾਂ ਦੀ ਮਾਰਿਆ ਜਾਂਦਾ ਔਰ ਮਨਮਾਨਾ ਰੇਟ ਵਸੂਲਾ ਕੀਤਾ ਜਾਂਦਾ ਅਸੀਂ ਕਦੇ ਬਰਦਾਸ਼ਤ ਨਹੀਂ ਕਰਕੇ ਔਰ ਦੂਈ ਗੱਲ ਟਰੈਕਟਰ ਵਾਸਤੇ ਸਟੋਨ ਕ੍ਰੈਸ਼ਰ ਦੇ ਟਰੈਕਟਰ ਵਾਸਤੇ ਸਟੇਅ ਲੱਗਦਾ ਲੇਕਿਨ ਸਟੋਨ ਕ੍ਰੈਸ਼ਰ ਲੋਕ ਉਹੀ ਮਾਲ ਟਰੈਕਟਰ ਲਈ ਵੇਚਾ ਦੇ ਉਹਦੇ ਉੱਪਰ ਕੋਈ ਸਟੇਅ ਨਹੀਂ ਹੈ ਦੂਈ ਵੱਡੀ ਗੱਲ ਪੁਲ ਦੇ ਥੱਲੇ ਅੱਜ ਤੱਕ ਸਟੋਨ ਕ੍ਰੈਸ਼ਰ ਨਹੀਂ ਹੁੰਦਾ 1 ਕਿਲੋਮੀਟਰ ਦੂਰ ਹੁੰਦਾ ਲੇਕਿਨ ਇੱਥੇ ਨਵਾਂ ਪੁਲ ਬਣਦਾ ਕਮ ਸੇ ਕਮ 12 ਕਰੋੜ ਦੀ ਲਾਗਤ ਕਰਨੇ ਉਹਦੇ ਪੁਲ ਦੇ ਬਿਲਕੁਲ ਥੱਲੇ ਸਟੋਨ ਕ੍ਰੈਸ਼ਰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿਹੜੀ ਸਰਕਾਰ ਮਿਲੀ ਹੈ ਇਹਦੇ ਕੰਨੇ ਕਿਹੜੀ ਹੋਰ ਐਡਮਿਨਿਸਟ੍ਰੇਸ਼ਨ ਮਿਲਦੀ ਹੈ ਜਿਹਦੇ ਨੱਕ ਦੇ ਥੱਲੇ ਐਡਾ ਵੱਡਾ ਲੈਂਡ ਮਾਫੀਆ ਦਾ ਕੰਮ ਚੱਲਦਾ ਜੈ ਹਿੰਦ ਜੈ ਭਾਰਤ ਜੋ ਯਹਾਂ ਪੇ ਲੋਗੋਂ ਨੇ ਯਹਾਂ ਪ੍ਰੋਟੈਸਟ ਕੀਆ ਥਾ ਤੋ ਸਰ ਇਨਕੇ ਜਮਾਨ ਸਾਹਿਬ ਕੋ ਬਤਾਈਏ ਸਰ ਆਪਕੇ ਇਸ ਕੰਮ ਕਰਨ ਕਿਆ ਕਹਿੰਦੇ ਦੂਸਰਾ ਆਪ ਇਸ ਵੀਡੀਓ ਕੋ ਜ਼ਰੂਰ ਦੇਖੇ ਤਾਂ ਕਿ ਆਪਕੋ ਪਤਾ ਚੱਲ ਸਕੇ ਕਿਸ ਅਭਦਰ ਭਾਸ਼ਾ ਕਾ ਉਪਯੋਗ ਕੀਆ ਗਿਆ ਹੈ ਆਈਏ ਸੁਣਾਤੇ ਹਾਂ ਆਪਕੋ ਜੋ ਵੀਡੀਓ ਕੋਈ ਵੀ ਸੇਲ ਪਰਚੇਜ਼ ਕਿਸੇ ਕਿਸਮ ਦੀ ਕਿਸੇ ਕ੍ਰੈਸ਼ਰ 'ਤੇ ਨਹੀਂ ਹੋਗੀ ਜਦ ਤੱਕ ਰੇਟ ਫਿਕਸ ਨਹੀਂ ਹੋਗਾ